दोस्तों तुसी देख रहे हो एतमाद टीवी थोड़ा थोड़ा दोस्त मोहम्मद आसिफ। दोस्तों थोड़े वास्ते कोशिश करी दी है बहुत ही खूबसूरत सोहने जानवर विखाइए। दोस्तों थोड़े वास्ते असं अज आए हैं जी आरफ वाले की बड़ी मशहूर मंडी, लेकिन कंबीर शहर शिफ्ट हुई है इतने लगती है। दोस्तों थोड़े वास्ते लैके आए हैं मझी दो बहुत ही खूबसूरत, एक पहलन है दूसरी मेरे ख्याल सूण वाली है, तो दोस्त को पूछ लेने। दोस्तों मझी वेखन तो पहले साढ़े दोस्तों चैनल करो सबसक्राइब, तो बैल आइकन का बटन जरूर प्रेस करो ताकि साड़ी हार आवन वाली वीडियो थोड़े तक पहुँच सके। कैमरामैन मझा विखा फिर आप मालिक ने गल करने भी की कार डिमांड उन्होंने करता है। लैन देने वाली गल कर पैसे नगद देने टोटिया देने के ਤੁਰਿਆ ਥੋੜਾ ਜਿਹਾ कट्टा है, कट्टा है जी यार। Yeah.
ਸਹੀ ਹੈ ਇੱਥੇ ਬਿਲਕੁਲ ਫਿੱਟ ਹੈ ਜੀ ਸਦਾ ਦੇ ਸਹੀ ਬਾਤ ਹੈ तू लगी हुई ना चाल खोल गई पुच्छा यार बोलिया ਦੋਸਤੋ ਰਾਣਾ ਅਕਰਮ ਹੈ ਤੇ ਕਿਹੜੇ ਅੱਛਾ ਉਕਾੜੇ ਤੋਂ ਤਲਕ ਹੈ ਤੇ ਇੱਥੇ ਮੰਡੀ ਵਿੱਚ ਆਏ ਨੇ ਮਾਲ ਲੈ ਕੇ ਤੇ ਮਾਸ਼ਾਅੱਲਾ ਸੋਹਣਾ ਮਾਲ ਰੱਖਦੇ ਨੇ ਬਿਹਤਰੀਨ ਮੱਝਾਂ ਨੇ ਤਕਰੀਬਨ ਮੰਡੀ ਪੂਰੀ 'ਚ ਨਾ ਸੋਹਣੇ ਜਾਨਵਰ ਹਨ ਚਾਚੇ ਹੋਰਾਂ ਕੋਲ ਅਤੇ ਚਾਚਾ ਜਿਹੜੀ ਉਹ ਪਹਿਲੀ ਮੱਝ ਵੀ ਖਾਈ ਉਹ ਕਿਵੇਂ ਸੁਣਾ ਸੋਈ ਪਹਿਲਾਂ ਕਿਤਨੇ ਦਿਨ ਸੋਈ ਕੱਲ ਸੋਈ ਕੱਲ ਥੱਲੇ ਕੱਟਾ ਤੇ ਤਕਰੀਬਨ ਕਿਤਨਾ ਬੌਲਾ ਦਿੱਤਾ ਸੋਈ ਬੌਲਾ ਦਿੱਤਾ 17 17 ਕਿਲੋ ਹਾਂ 17 ਤੇ ਅੱਜ ਦੂਸਰੀ ਚੁਆਈ ਕੀਤੀ ਨੇ ਕੋਈ ਦੂਸਰੀ ਕੀਤੀ ਹੈ ਦੂਸਰੀ ਕਿਤਨਾ ਕੀਤਾ ਦੂਸਰੀ ਚੁਆਈ ਤੇ ਆ ਕੋਈ 8 ਕਿਲੋ 8 ਕਿਲੋ ਹੁਣ ਤੀਸਰੀ ਕਰਨੀ ਨੇ ਹਾਂ ਤੀਸਰੀ ਅੱਛਾ ਇਹ ਨਸਲ ਕਿਹੜੀ ਨੀਲੀ ਦੀ ਨੀਲੀ ਦੀ ਪਿਓਰ ਨੀ ਪਿਓਰ ਨੀ ਅੱਛਾ ਇਹਦੀ ਕੀਮਤ ਆ ਵੇਲੀ ਲੱਖਾ ਨਹੀਂ ਹਾਂਜੀ ਉੱਥੋਂ ਲਈ ਹੈ ਅੱਛਾ ਵੇਲੀ ਲੱਖਾ ਉਹ ਮਾਰੇ ਕੀ ਆਪਣਾ ਅੱਛਾ ਉਹ ਇਲਾਕਾ ਨੀਲੀ ਦਾ ਹੀ ਹੈ ਅੱਛਾ ਇਹਦੀ ਕੀਮਤ ਜਿਹੜੀ ਜਾਇਜ਼ ਹੈ ਉਹ ਬਿਲਕੁਲ ਜਾਇਜ਼ ਜਿਹੜੀ 5 ਲੱਖ 5 ਲੱਖ कितने ਬਸ ਤਾਂ ਝਾੜੀ ਡਾਂਗ ਦੀ ਤੇ ਅੱਛਾ ਇੱਕ ਦੋ ਦਿਨ ਕੱਢ ਦੀ ਹਾਂ ਅੱਛਾ ਇਹ ਦੂਸਰਾ ਸੁਆ ਸੋਣਾ ਸੀ ਇਹ ਦੂਸਰਾ ਹੈ ਤੇ ਇਹਦੀ ਕੀ ਕੀਮਤ ਹੈ ਇਹਦੀ ਕੀਮਤ ਮੁੱਲ 4.5 ਲੱਖ 4 ਲੱਖ ਦੀ ਹੈ 4 ਲੱਖ ਦੀ ਹੈ ਹਾਂ ਇਹ ਪਹਿਲੇ ਸੁਆ ਦੁੱਧ ਕਿਤਨਾ ਦਿੰਦੀ ਨਹੀਂ ਕੋ ਪਤਾ ਹੋਵੇ ਤਾਂ ਇਹ ਪਿੱਛੇ ਸਾਈਆਂ ਨੂੰ ਪਤਾ ਹੈ ਅਸੀਂ ਤਾਂ ਮੁੱਲ ਪੁੱਛਿਆ ਨਹੀਂ ਹੈ ਨਹੀਂ ਸਾਡਾ ਵਪਾਰ ਹੈਗਾ ਜੀ ਜੀ ਅਸੀਂ ਪੁੱਛਦੇ ਨਹੀਂ ਆ ਅਸੀਂ ਖੂਬਸੂਰਤੀ ਵੇਖ ਕੇ ਥਣ ਛੱਡਾ ਵੇਖ ਕੇ ਲੈ ਲੈਂਦੇ ਹਾਂ ਕੋਈ ਥਣ ਛਣ ਠੀਕ ਆ ਥਣ ਇੱਕ ਨੰਬਰ ਹੁਣ ਇਹਦਾ ਵੀ ਪਿਆਰ ਮੁਹੱਬਤ ਕਰੋ ਤੈਨੂੰ ਇਹਦਾ ਕਰ ਦਿੱਤਾ 4.5 ਮੁੱਲ ਹੈ 4 ਲੱਖ ਨਹੀਂ ਇਹਦਾ ਹੋਰ ਥੋੜਾ ਜਿਹਾ ਕਰੋ ਖਣੇ ਨਹੀਂ ਕੋਈ ਤਾਂ ਵੀ ਖਾਓ ਨਾ ਬਿਆ ਸਾਡੇ ਦੋਸਤ ਬਸ ਫੋਨ ਹੀ ਕਰਨ ਤੁਹਾਨੂੰ ਬਿਆ ਬੈਠਾ ਯਾਰ ਚਲੋ 20 ਘੱਟ ਦੇ ਦਿਓ ਜੀ ਯਾਰ 2,80,000 3,80,000 ਚਲੋ ਠੀਕ ਹੈ ਦੋਸਤੋ ਤੁਹਾਨੂੰ ਮੱਝੇ ਵੀ ਖਾਈਆਂ ਨੇ ਦੋ ਇੱਕ ਪਹਿਲੇ ਸੁਬਾ ਸੂਈ ਹੋਈ ਹੈ ਥੱਲੇ ਕੱਟਾ ਤਕਰੀਬਨ 2 ਦਿਨ ਦੀ ਸੂਈ ਹੋਈ ਹੈ ਤੇ ਇਸ ਟਾਈਮ ਵਕਤ ਹੀ ਜਿਹੜਾ ਦੋ ਚੁਆਈਆਂ ਹੋਈਆਂ ਨੇ ਬੋਲਾ ਕਿੰਨਾ ਦੱਸਿਆ ਨੇ ਚਾਚਾ ਜੀ ਬੋਲਾ ਪਹਿਲਾ 17 ਸਿਰ ਕੱਢਿਆ ਤੇ ਬੋਲ ਅੜ ਕੇ 8 ਸਿਰ ਕੱਢਿਆ ਦੁਬਾਰਾ ਤੇ ਤੀਸਰੀ ਚੁਆਈ ਕਰਨੀ ਨੇ ਤੀਸਰੀ ਕਰਨੀ ਉਹਦੀ ਕੀਮਤ ਚਾਚਾ ਹੋਰ ਆਖਿਆ ਵੀ 4.5 ਲੱਖ ਰੁਪਏ ਦੀ ਹਾਂਜੀ 4.5 ਲੱਖ ਉਹਦੀ ਹੈ ਤੇ ਇਹਦੀ ਚਾਚਾ ਹੋਰ ਆਖਿਆ 3,80,000 ਰੁਪਏ ਜਿਹੜੀ ਦੂਸਰਾ ਸੁਬਾ ਸੁਵਣ ਵਾਲੀ ਤਕਰੀਬਨ 1-2 ਦਿਨਾਂ ਦੀ ਸੁਣਦੀ ਹੈ ਮਾਸ਼ਾਅੱਲਾ ਸੋਹਣੀਆਂ ਮੱਝਾਂ ਦੋਸਤੋ ਪਸੰਦ ਕਰੋ ਪਸੰਦ ਕਰਕੇ ਤੁਸੀਂ ਖਰੀਦ ਸਕਦੇ ਹੋ ਦੋਸਤੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਹਾਂ ਦੋਸਤੋ ਅਗਲੀ ਵੀਡੀਓ ਤੱਕ ਇਜਾਜ਼ਤ ਖੁਦਾ ਹਾਫਿਜ਼।